ਆਪ ਸਭ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲ ਨੂੰ ਕਿਵੇਂ ਦੇਖੀਦਾ ਹੈ ਦੋਸਤੋ ਸਾਡੇ ਘਰਾਂ 'ਚ ਬਿਜਲੀ ਦੇ ਬਿੱਲ ਆਂਦੇ ਨੇ ਜਦੋਂ ਬਿੱਲ ਦੇਖਦੇ ਆਂ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਬਿੱਲ ਬਹੁਤ ਜ਼ਿਆਦਾ ਆਂਦਾ ਹੈ ਤਾਂ ਇਹ ਲੱਗਦਾ ਕਿ ਯਾਰ ਕਿਤੇ ਇਹ ਬਿੱਲ ਗਲਤ ਤਾਂ ਨਹੀਂ ਆ ਗਿਆ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤੇ ਲੋਕਾਂ ਨੂੰ ਬਿੱਲ ਜਿਹੜਾ ਹੈ ਚੰਗੀ ਤਰ੍ਹਾਂ ਦੇਖਣਾ ਨਹੀਂ ਆਉਂਦਾ। ਉਹਨਾਂ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਹਦੇ ਵਿੱਚ ਇੰਨੀ ਸਾਰੀਆਂ ਕੈਲਕੂਲੇਸ਼ਨਾਂ, ਇੰਨੇ ਸਾਰੇ ਰੈਂਟਸ, ਟੈਕਸਿਸ ਕੀ ਕੀ ਲੱਗ ਰਿਹਾ ਹੈ, ਕੁਝ ਸਮਝ ਨਹੀਂ ਆ ਰਿਹਾ। ਰੇਟ ਤਾਂ ਕਹਿੰਦੇ ਆ ਜੀ ਕਿ 6 ਹੈ, 70 ਰੁਪਏ ਹੈ ਪਰ ਜਦੋਂ ਬਿੱਲ ਦੇਖਦੇ ਆ ਤਾਂ ਰੇਟ ਜਿਹੜਾ ਹੈ ਉਹ ਇਸ ਤੋਂ ਵੱਧ ਹੁੰਦਾ ਹੈ। ਔਰ ਬਹੁਤੇ ਨੂੰ ਸਮਝ ਨਹੀਂ ਆਉਂਦਾ ਕਿ ਇਹ ਬਿੱਲ ਜਿਹੜਾ ਹੈ ਇਹ ਕਿਵੇਂ ਦੇਖਿਆ ਜਾਵੇ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਿੱਲ ਬਾਰੇ ਪੂਰੀ ਜਾਣਕਾਰੀ ਦਵਾਂਗੇ। ਦੋਸਤੋ ਮੇਰੇ ਪਾਸ ਇੱਕ ਬਿੱਲ ਹੈ। ਇਸ ਬਿੱਲ ਦੇ ਰਾਹੀਂ ਮੈਂ ਆਪਜੀ ਸਾਰਿਆਂ ਨੂੰ ਦੱਸਾਂਗਾ ਕਿ ਅਸੀਂ ਆਪਣੇ ਘਰਾਂ ਦੇ ਬਿਜਲੀ ਦਾ ਬਿੱਲ ਕਿਵੇਂ ਦੇਖੀਏ। ਤੁਸੀਂ ਮੇਰੇ ਸੱਜੇ ਹੱਥ ਇੱਕ ਬਿੱਲ ਦੇਖ ਰਹੇ ਹੋ। ਇਹ ਇੱਕ ਘਰ ਦਾ ਬਿੱਲ ਹੈ। ਇਸ ਬਿੱਲ ਨੂੰ ਦੇਖੀਏ। ਤਾ ਰੀਡਿੰਗ ਜਿਹੜੀ ਕਰੰਟ ਮੀਟਰ ਦੀ ਸ਼ੋ ਕਰ ਰਿਹਾ ਹੈ ਉਹ ਹੈ 23605 ਤੇ ਕੁੱਲ ਜਿਹੜੇ ਯੂਨਿਟ ਨਿਕਲਦੇ ਨੇ ਜਿੰਨੀ ਬਿਜਲੀ ਖਪਤ ਹੋਈ ਹੈ ਉਹ ਹੈ 2155 ਯਾਨੀ ਕਿ 2155 ਯੂਨਿਟ ਜਿਹੜੇ ਨੇ ਕੁੱਲ ਚੱਲੇ ਨੇ ਜੇ ਤੁਸੀਂ ਬਿੱਲ ਨੂੰ ਧਿਆਨ ਨਾਲ ਦੇਖੋ ਤਾਂ ਇਹ ਬਿੱਲ ਦਾ ਸਮਾਂ ਹੈ 8 6 2020 ਤੋਂ 20 8 2020 ਯਾਨੀ ਕਿ ਇਹ ਕੁੱਲ ਬਣਦੇ ਨੇ ਦਿਨ 77 ਤਾਂ ਅਸੀਂ ਇਸ ਬਿੱਲ ਨੂੰ ਅੱਜ ਸਮਝਾਂਗੇ ਕਿ ਇਹ ਬਿੱਲ ਜਿਹੜਾ ਹੈ ਉਹ ਕਿਸ ਤਰ੍ਹਾਂ ਬਣਿਆ ਹੈ ਮੈਂ ਆਪ ਨੂੰ ਦੱਸਦਾ ਕਿ ਪੰਜਾਬ ਦੇ ਵਿੱਚ ਜਿਹੜੇ ਬਿੱਲ ਆਂਦੇ ਨੇ ਉਹ ਹਰ 2 ਮਹੀਨੇ ਬਾਅਦ ਆਂਦੇ ਨੇ ਯਾਨੀ ਕਿ ਜਿਹੜਾ ਘਰ ਦਾ ਬਿੱਲ ਹੈ ਉਹ ਸਾਲ ਦੇ ਵਿੱਚ 6 ਵਾਰੀ ਆਉਂਦਾ ਯਾਨੀ ਕਿ 2 ਮਹੀਨੇ ਬਾਅਦ ਤੁਹਾਨੂੰ ਬਿੱਲ ਤੁਹਾਡਾ ਮਿਲਦਾ ਹੈ ਇਹ ਬਿੱਲ ਥੋੜੀ ਜੀ ਰੀਡਿੰਗ ਕਈ ਵਾਰੀ ਅੱਗੇ ਪਿੱਛੇ ਵੀ ਹੋ ਜਾਂਦੀ ਹੈ 2-4 ਦਿਨ ਉੱਪਰ-नीचे ਹੋ ਜਾਂਦੇ ਨੇ ਤਾਂ ਇਹ ਬਿੱਲ ਜਿਹੜਾ ਸਾਡੇ ਕੋਲ ਹੈ ਇਹ 73 ਦਿਨਾਂ ਦਾ ਬਿੱਲ ਹੈ ਤੇ કુલ ਇਹਦੀ ਖਰਚ ਜਿਹੜੀ ਹੈ ਉਹ 2155 ਰੁਪਏ ਦੀ ਹੈ। ਇਸ ਬਿੱਲ ਨੂੰ ਜੇ ਮੈਂ ਦੇਖਦਾ ਤਾਂ ਮੈਂ ਇਹ ਕੁਝ ਕੁ ਚੀਜ਼ਾਂ ਇਹਦੇ ਵਿੱਚ ਤੁਹਾਨੂੰ ਦੱਸਣੀ ਚਾਹੁੰਦਾ ਕਿ ਇਹ ਇੱਕ ਡੀਐਸ ਕੈਟਾਗਰੀ ਦਾ ਬਿੱਲ ਹੈ। ਡੀਐਸ ਦਾ ਮਤਲਬ ਹੁੰਦਾ ਕਿ ਘਰੇਲੂ ਕੈਟਾਗਰੀ ਦਾ ਬਿੱਲ ਹੈ। ਜਿਹੜੇ ਪੰਜਾਬ ਦੇ ਵਿੱਚ ਬਿੱਲ ਆਉਂਦੇ ਨੇ ਉਹ ਕਈ ਕੈਟਾਗਰੀਆਂ 'ਚ ਵੰਡੇ ਹੋਏ ਨੇ। ਡੀਐਸ ਯਾਨੀ ਕਿ ਘਰੇਲੂ, ਸੀਐਸ ਯਾਨੀ ਕਿ ਕਮਰਸ਼ੀਅਲ ਫਿਰ ਇੰਡਸਟਰੀ ਸ਼ੁਰੂ ਹੋ ਜਾਂਦੀ ਹੈ। ਸਮਾਲ ਪਾਵਰ ਐਸਪੀ, ਮੀਡੀਅਮ ਪਾਵਰ ਐਮਪੀ ਉਸੇ ਤਰ੍ਹਾਂ ਲਾਰਜ ਸਪਲਾਈ ਐਗਰੀਕਲਚਰ ਸਟਰੀਟ ਲਾਈਟ ਇਹ ਵੱਖਰੇ-ਵੱਖਰੀਆਂ ਕੈਟਾਗਰੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਵੰਡੀਆਂ ਗਈਆਂ ਨੇ ਅੱਜ ਅਸੀਂ ਜਿਹੜੇ ਬਿੱਲ ਦੀ ਗੱਲ ਕਰ ਰਹੇ ਆ ਘਰੇਲੂ ਕੈਟਾਗਰੀ ਦਾ ਬਿੱਲ ਹੈ ਇਸ ਬਿੱਲ ਦਾ ਜੇ ਮੈਂ ਦੇਖਾਂ ਘਰ ਦਾ ਲੋਡ ਹੈ 3.98 ਯਾਨੀ ਕਿ ਤਕਰੀਬਨ ਤਕਰੀਬਨ 4 ਕਿਲੋਵਾਟ ਦਾ ਲੋਡ ਹੈ ਮੈਂ ਆਪ ਨੂੰ ਦੱਸਦਾ ਕਿ ਸਾਨੂੰ ਇਹ ਲੱਗਦਾ ਹੈ ਕਿ ਘਰਾਂ 'ਚ ਜੇ AC ਵਗੈਰਾ ਲਗਾਏ ਨੇ ਅਸੀਂ ਲੋਡ ਜੇ ਵਧਾਣੇ ਆ ਤਾਂ ਇਹਦੇ ਨਾਲ ਸਾਡਾ ਬਿੱਲ ਵੱਧ ਆਊਗਾ ਮੈਂ ਤੁਹਾਨੂੰ ਦੱਸਦਾ ਕਿ ਇਹ ਪੂਰਨ ਤੌਰ ਤੇ ਸਹੀ ਨਹੀਂ ਹੈ ਕੁਸ਼ਕ ਹੀ ਜਿਹੜੇ ਨੇ ਰੁਪਏ ਤੁਹਾਨੂੰ ਬਿੱਲ ਦੇ ਵਿੱਚ ਵਧ ਦੇਣੇ ਪੈਂਦੇ ਨੇ ਆ ਜੇ ਤੁਸੀਂ ਜੇਕਰ ਆਪਣਾ ਪੂਰਨ ਤੌਰ ਤੇ ਲੋਡ ਕੈਲਕੂਲੇਟ ਕਰਕੇ ਆਪਣੇ ਬਿੱਲ ਦੇ ਵਿੱਚ ਦਰਸਾਉਂਦੇ ਹੋ ਮੈਂ ਆਪ ਜੀ ਨੂੰ ਇਹੀ ਸਲਾਹ ਦਵਾਂਗਾ ਕਿ ਕਿਸੇ ਵੀ ਇਲੈਕਟ੍ਰੀਸ਼ੀਅਨ ਨੂੰ ਬੁਲਾ ਕੇ ਜਿੰਨਾ ਲੋਡ ਤੁਹਾਡੇ ਘਰ ਦਾ ਬਣਦਾ ਹੈ ਉਹਨਾਂ ਹੀ ਤੁਸੀਂ ਆਪਣੇ ਬਿਲਾ ਦੇ ਵਿੱਚ ਦਰਸਾਓ ਇਹਦੇ ਨਾਲ ਤੁਹਾਡਾ ਵੀ ਫਾਇਦਾ ਹੈ ਤੇ ਬਿਜਲੀ ਬੋਰਡ ਦਾ ਵੀ ਫਾਇਦਾ ਹੈ ਸਭ ਤੋਂ ਪਹਿਲਾਂ ਮੈਂ ਜੇ ਬਿੱਲ ਤੁਸੀਂ ਮੇਰੀ ਸجهه ਹੱਥ ਸਕਰੀਨ ਤੇ ਦੇਖੋ ਤਾਂ ਸਭ ਤੋਂ ਪਹਿਲਾਂ ਜਿਹੜੇ ਚਾਰजेस ਨੇ ਉਹਨੇ ਫਿਕਸਡ ਚਾਰजेस ਫਿਕਸਡ ਚਾਰजेस ਜਿਹੜੇ ਨੇ ਤੁਹਾਡੇ ਲੋਡ ਦੇ ਉੱਪਰ ਲੱਗਦੇ ਨੇ ਇਹਨਾਂ ਦੀ ਜਿਹੜੀ ਰੇਟ ਹੈ ਉਹ ਵੱਖਰਾ-ਵੱਖਰਾ ਜੇ ਤੁਹਾਡਾ ਲੋਡ 2 ਕਿਲੋਵਾਟ ਤੱਕ ਹੈ ਤਾਂ 1 ਕਿਲੋਵਾਟ ਪਿੱਛੇ 35 ਰੁਪਏ ਤੁਹਾਨੂੰ ਦੇਣੇ ਪੈਂਦੇ ਨੇ ਤੇ ਜੇਕਰ ਤੁਹਾਡਾ ਜਿਹੜਾ ਲੋਡ ਹੈ 2 ਤੋਂ 7 ਕਿਲੋਵਾਟ ਹੈ ਤਾਂ 60 ਰੁਪਏ ਹੁਣ ਇਹਦੀ ਕੈਲਕੂਲੇਸ਼ਨ ਕਿਦਾਂ ਕੀਤੀ ਗਈ ਹੈ ਜਿਹੜਾ ਇਸ ਬਿੱਲ ਦਾ ਲੋਡ ਹੈ 3.98 ਉਸ ਨੂੰ 80% ਕਰ ਦਿੱਤਾ ਗਿਆ ਇਹ ਬਣ ਗਿਆ 3.18 ਇਸ ਨੂੰ ਬਣਦਾ ਜਿਹੜਾ ਰੇਟ ਹੈ ਜਿਹੜੇ ਸਰਕੂਲਰ ਜਾਰੀ ਕਰਦੀ ਹੈ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਉਸ ਨੂੰ ਗੁਣਾ ਕੀਤਾ ਗਿਆ 60 ਨਾਲ ਕਿਉਂਕਿ ਇਹ ਜਿਹੜਾ ਇਸ ਘਰ ਦਾ ਲੋਡ ਹੈ ਉਹ 2 ਕਿਲੋਵਾਟ ਤੋਂ ਉੱਪਰ ਹੈ ਗੁਣਾ 73 ਯਾਨੀ ਕਿ 73 ਦਿਨਾਂ ਦਾ ਬਿੱਲ ਹੈ ਤੇ ਇਸ ਨੂੰ ਡਿਵਾਈਡ ਕੀਤਾ ਗਿਆ 365 ਯਾਨੀ ਕਿ ਜਿੰਨੇ ਦਿਨ ਉਹਨੇ ਸਾਲ ਦੇ ਵਿੱਚ ਗੁਣਾ ਕੀਤਾ ਗਿਆ ਫਿਰ 12 ਨਾਲ ਇਹ ਬਣ ਗਿਆ 457 ਯਾਨੀ ਕਿ ਸਭ ਤੋਂ ਪਹਿਲਾ ਜਿਹੜਾ ਤੁਹਾਨੂੰ ਚਾਰजेस ਪੈ ਰਹੇ ਨੇ ਇਸ ਬਿੱਲ ਤੇ ਉਹ ਹੈ 457 ਰੁਪਏ ਫਿਕਸ ਚਾਰजेस ਉਸ ਤੋਂ ਬਾਅਦ ਆ ਗਿਆ ਜੀ એનર્ਜੀ ਚਾਰजेस એનર્ਜੀ ਚਾਰजेस ਜਿਹੜੇ ਨੇ ਇਹਦੇ 20 ਸਰਕੂਲਰ ਤੇ ਰੇਟਸ ਵੱਖਰੇ ਵੱਖਰੇ ਹੁੰਦੇ ਨੇ ਜਿਹੜਾ ਹੈ ਜੇ ਤੁਹਾਡੇ ਖਪਤ 100 ਕਿਲੋਵਾਟ ਤੱਕ ਹੈ ਤਾਂ ਰੇਟ ਹੈ 4.49 ਪੈਸੇ So 100 ਤੋਂ 300 ਤੱਕ ਜੇ ਖਪਤ ਹੈ ਤਾਂ ਉਹਦਾ ਹੈ 6 ਰੁਪਏ 34 ਪੈਸੇ ਜੇ ਤੁਹਾਡੀ ਜਿਹੜੀ ਯੂਨਟਾਂ ਦਾ ਰੇਟ ਹੈ 300 ਤੋਂ ਉੱਪਰ ਜਾਂਦਾ ਹੈ ਜਾਨਕਿ ਜਿਹੜੇ ਤੁਹਾਡੇ ਯੂਨਟ ਨੇ 300 ਤੋਂ ਉੱਪਰ ਜਿੰਨੇ ਵੀ ਚੱਲੇ ਨੇ ਉਹਨਾਂ ਦਾ ਰੇਟ ਹੈ 7 ਰੁਪਏ 30 ਪੈਸੇ ਯਾਨਕਿ ਇੱਕ ਮਹੀਨੇ 'ਚ ਜੇ ਤੁਹਾਡੇ 100 ਯੂਨਟ ਪਹਿਲੇ ਚੱਲੇ ਨੇ ਉਹਦਾ ਰੇਟ 4.56 ਪੈਸੇ 100 ਤੋਂ 300 ਤੱਕ ਜਿਹੜੇ ਯੂਨਟ ਚੱਲੇ ਨੇ ਉਹਨਾਂ ਦਾ ਰੇਟ 6 ਰੁਪਏ 34 ਪੈਸੇ 300 ਯੂਨਟਾਂ ਤੋਂ ਉੱਪਰ ਜਿੰਨੇ ਵੀ ਯੂਨਟ ਚੱਲੇ ਨੇ ਉਹਨਾਂ ਦਾ ਚਾਰजेस ਹੈਗਾ 70 ਰੁਪਏ 30 ਪੈਸੇ ਇਹ ਤੁਹਾਨੂੰ ਮੈਂ ਇਹਦੇਲੇ ਪਾਸੇ ਸਕਰੀਨ ਤੇ ਜਿਹੜੇ ਤੁਹਾਨੂੰ ਚਾਰजेस ਵੀ ਅਸੀਂ ਦਿਖਾ ਦਾਂਗੇ ਕਿ ਕਿੰਨੇ ਕਿੰਨੇ ਕੈਟਾਗਰੀ ਨੂੰ ਕਿਹੜੀ ਕਿਹੜੀ ਕੈਟਾਗਰੀ ਨੂੰ ਕਿੰਨਾ ਕਿੰਨਾ ਜਿਹੜਾ ਹੈ ਰੇਟ ਚਾਰਜ ਕੀਤਾ ਜਾਂਦਾ ਤੇ ਕਿੰਨੇ ਯੂਨਟਾਂ ਬਾਅਦ ਕਿੰਨਾ ਰੇਟ ਹੈ ਇਸ ਨੂੰ ਜਦੋਂ ਅਸੀਂ ਕੈਲਕੂਲੇਟ ਕਰ ਲੈਂਨੇ ਆ ਤਾਂ ਤੁਸੀਂ ਦੇਖੋ 100 ਯੂਨਟਾਂ ਤੱਕ 1091 101 ਯੂਨਟਾਂ ਤੋਂ 300 ਤੱਕ 3087 ਰੁਪਏ 300 ਯੂਨਟਾਂ ਤੋਂ ਉੱਪਰ 10402 કુલ એનર્જી ચાર્जेस ਜਿਹੜੇ ਨੇ ਉਹ 14581 ਰੁਪਏ ਬਣ ਗਏ ਨੇ ਅਸੀਂ ਹੌਲੀ ਹੌਲੀ ਆ ਰਹੇ ਹਾਂ ਪਹਿਲਾਂ ਫਿਕਸ ਚਾਰजेस ਦੀ ਗੱਲ ਕੀਤੀ ਹੁਣ એનર્ਜੀ ਚਾਰजेस ਦੀ ਗੱਲ ਕੀਤੀ ਅੱਗੇ ਅਸੀਂ ਗੱਲ ਕਰਦੇ ਹਾਂ ਜੀ ਐਡੀਸ਼ਨਲ ਸਰਚਾਰਜ ਦੀ ਇਹ ਥੋੜਾ ਜਿਹਾ ਸਮਝਣਾ ਤੁਹਾਡੇ ਨੂੰ ਮੁਸ਼ਕਲ ਵੀ ਹੋ ਸਕਦਾ ਕਿਉਂਕਿ ਇਹਦੇ ਤੇ ਕੁਝ ਫਾਰਮੂਲੇ ਵੀ ਲੱਗੇ ਨੇ ਬੜੇ ਸਮਝ ਲਓ ਕਿ ਇਹ ਤੁਹਾਨੂੰ ਕੁਝ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਮੈਂ ਦੱਸ ਰਿਹਾ ਫਿਰ ਆ ਗਿਆ ਜੀ ਐਡੀਸ਼ਨਲ ਸਰਚਾਰਜ ਇਹ ਜਿੰਨੀਆਂ ਵੀ ਯੂਨਟਾਂ ਦੀ ਖਪਤ ਹੁੰਦੀ ਹੈ 2 ਮਹੀਨਿਆਂ ਦੇ ਦੌਰਾਨ ਇੱਥੇ ਹੋਈ ਹੋਈ ਹੈ 2155 ਯੂਨਟਾਂ ਦੀ ਉਹਦੇ ਤੇ 30 ਪੈਸੇ ਪਰ ਜੁੰਟ ਜਿਹੜੇ ਨੇ ਐਡੀਸ਼ਨਲ ਸਰਚਾਰਜ ਲੱਗਦਾ ਇਸ ਕੇਸ ਦੇ ਵਿੱਚ ਜੇ ਮੈਂ ਇਸ ਨੂੰ ਆ 30 ਪੈਸੇ ਪਰ ਜੁੰਟ ਬਣਾਵਾਂ ਤਾਂ ਇਹ 647 ਰੁਪਏ ਬਣ ਜਾਂਦੇ ਨੇ ਹੁਣ ਤੱਕ ਅਸੀਂ ਫਿਕਸ ਚਾਰजेस ਕੱਢ ਚੁੱਕੇ ਹਾਂ એનર્ਜੀ ਚਾਰजेस ਕੱਢ ਚੁੱਕੇ ਹਾਂ ਤੇ ਅਸੀਂ ਐਡੀਸ਼ਨਲ ਸਰਚਾਰਜ ਕੱਢ ਚੁੱਕੇ ਹਾਂ ਉਸ ਤੋਂ ਬਾਅਦ ਹੈ ਜੀ ਜਿਹੜੇ ਤੁਹਾਡੇ ਘਰਾਂ ਦੇ ਮੀਟਰ ਲੱਗੇ ਹੋਏ ਨੇ ਬਾਹਰ ਇਹ ਮੈਂ ਦੱਸ ਦਾਂ ਕਿ ਇਹਨਾਂ ਦਾ ਵੀ ਤੁਹਾਨੂੰ ਰੈਂਟ ਦੇਣਾ ਪੈਂਦਾ ਜੀ ਹਾਂ ਮੀਟਰ ਦਾ ਰੈਂਟ ਵੱਖਰਾ ਦੇਣਾ ਪੈਂਦਾ ਹੈ ਤੇ ਜਿਹੜੇ ਬਕਸੇ ਦੇ ਵਿੱਚ ਸੀਲ ਹੁੰਦੇ ਨੇ ਉਹਨੂੰ ਐਮਸੀਬੀ ਕਹਿੰਦੇ ਆ ਉਹਦਾ ਰੈਂਟ ਤੁਹਾਨੂੰ ਵੱਖਰਾ ਦੇਣਾ ਪੈਂਦਾ ਇਸ ਕੇਸ ਦੇ ਵਿੱਚ ਇਹ ਵੀ ਮੈਂ ਤੁਹਾਨੂੰ ਸਕਰੀਨ ਦੇ ਅੰਦਰਲੇ ਪਾਸੇ ਦਿਖਾ ਦਾਂਗਾ ਕਿ ਇਹ ਰੇਟਸ ਜਿਹੜੇ ਨੇ ਅੱਜ ਕੱਲ ਕੀ ਚੱਲ ਰਹੇ ਨੇ ਇਸ ਕੇਸ ਦੇ ਵਿੱਚ 19 ਰੁਪਏ ਮੀਟਰ ਰੈਂਟ ਅਤੇ 10 ਰੁਪਏ ਐਮਸੀਬੀ ਰੈਂਟ ਲੱਗਿਆ ਹੋਇਆ ਹੈ ਉਹਦੇ ਇਹਨਾਂ ਦੋਨਾਂ ਉੱਪਰ ਇਹ ਦੋਨੋਂ ਰੈਂਟਾਂ ਉੱਪਰ 18% ਜੀਐਸਟੀ ਲੱਗਦਾ ਤੇ ਕੁੱਲ ਜਿਹੜਾ ਹੈ ਇਹ ਬਣ ਗਿਆ 34 ਰੁਪਏ 2 பைਸੇ ਮੀਟਰ ਰੈਂਟ ਐਮਸੀਬੀ ਰੈਂਟ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕੁਝ ਟੈਕਸਿਸ ਦੀ ਇਹ ਮੈਂ ਟੈਕਸਿਸ ਦੱਸਦਾ ਕਿ ਜਿਹੜੇ ਬਿੱਲ ਦੇ ਵਿੱਚ ਇਹ ਟੈਕਸਿਸ ਲੱਗੇ ਹੁੰਦੇ ਨੇ ਇਹਨਾਂ ਦੀ ਅਮਾਉਂਟ ਜਿਹੜੀ ਹੈ ਉਹ ਪਜਾਦੀ ਹੈ ਪੰਜਾਬ ਸਰਕਾਰ ਦੇ ਖਾਤੇ 'ਚ ਇਹ ਟੈਕਸਿਸ ਜਿਹੜੇ ਇੰਪੋਜ਼ ਕਰਦੀ ਹੈ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਗੱਲ ਮੈਂ ਕਰਾਂ ਈਡੀ ਦੀ ਕਿਉਂਕਿ ਇਹ ਇੱਕ ਸ਼ਹਿਰੀ ਬਿੱਲ ਹੈ ਈਡੀ ਦਾ ਜਿਹੜਾ ਖਰਚਾ ਹੈ ਉਹ ਤੁਹਾਡੇ ਐਸਓਪੀ ਉੱਪਰ ਬਣਦਾ ਹੈ 13% ਹੁਣ ਐਸਓਪੀ ਕੀ ਚੀਜ਼ ਹੋਈ ਸੇਲ ਆਫ ਪਾਵਰ ਇਸ ਨੂੰ ਕੈਲਕੂਲੇਟ ਕਰਨ ਦੇ ਲਈ ਤੁਸੀਂ ਜੋੜ ਕਰੋ फिक्स चार्जेस का एनर्जी चार्जि अडिशनल सर चार्ज का इन तिना उरह प्रसेंट जो तीन बनाओगे तो ई डी आ जाएगी तेरह प्रसेंट दो हज़ार उन्ताली रुपये इस बिल मुताबक फिर लगता है आई डी एफ इंफ्रास्ट्रक्चर डिवेलपमेंट फंड जो कि इस वक्त चल रहा है पं प्रसेंट एस ओ पी उपर पच प्रसेंट जो तुम कैलकुलेट करोगे तो इस केस बन जाएगा तीन सौ चौरासी रुपये शहरी खेतर च जिते मुंसिपल ने उत्थे दो प्रसेंट एम सी टैक्स भी पैंता है दो प्रसेंट एस ओ पी उपर ਇਹ ਬਣ ਜੇਗਾ 314 ਰੁਪਏ ਕੁਝ ਖੇਤਰਾ ਦੇ ਵਿੱਚ ਜਿਹੜਾ ਹੈ ਕਾਸਸ ਇਸ ਵੀ ਲੱਗਦਾ ਫਿਲਹਾਲ ਨਹੀਂ ਲੱਗ ਰਿਹਾ ਤੇ ਜੇ ਉਹ ਲੱਗਦਾ ਤਾਂ ਤੁਸੀਂ ਉਸ ਨੂੰ ਵੀ ਕੈਲਕੂਲੇਟ ਕਰ ਸਕਦੇ ਹੋ ਜਿੰਨਾ ਵੀ ਰੇਟੋ ਦਾ ਬਣਦਾ ਹੋਵੇਗਾ ਇਸ ਕੇਸ ਦੇ ਵਿੱਚ ਟੋਟਲ ਟੈਕਸਿਸ ਜਿਹੜੇ ਨੇ ਉਹ ਬਣ ਗਏ ਨੇ 3137 ਰੁਪਏ ਇਹ ਤੋਂ ਬਾਅਦ ਜੇ ਤੁਸੀਂ ਬਿੱਲ ਵਿੱਚ ਦੇਖੋਗੇ ਤਾਂ ਪ੍ਰੀਵੀਅਸ ਐਡਜਸਟਮੈਂਟਸ ਜੇ ਕੋਈ ਤੁਸੀਂ ਪਹਿਲਾਂ ਘੱਟ ਵੱਧ ਬਿੱਲ ਦਿੱਤਾ ਹੋਊਗਾ ਤਾਂ ਉਹ ਇੱਥੇ ਐਡਜਸਟ ਕਰ ਦਿੱਤਾ ਜਾਊਗਾ ਪ੍ਰੀਵੀਅਸ ਏਰੀਅਰਸ ਜੇ ਕੋਈ ਬਕਾਇਆ ਖੜਾ ਹੈ ਤੁਹਾਡੇ ਕੰਨੀ ਉਹ ਤੁਹਾਨੂੰ ਇੱਥੇ ਐਡਜਸਟ ਹੋ ਜਾਵੇਗਾ ਇਸ ਕੇਸ 'ਚ -30 ਰੁਪਏ ਹੈ ਹੋ ਸਕਦਾ ਪਿਛਲੀ ਵਾਰ ਇਸ ਖਤਕਾਰ ਨੇ 30 ਰੁਪਏ ਵੱਧ ਭਰੇ ਹੋ ਉਸ ਤੋਂ ਬਾਅਦ ਆ ਜਾਂਦੇ ਹਾਂ ਜੀ ਸੰਡਰੀ ਚਾਰजेस ਐਂਡ ਸੰਡਰੀ ਅਲਾਉਨਸਸ ਸੰਡਰੀ ਚਾਰजेस ਹੈ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਵਾਧੂ ਖਰਚਾ ਤੁਹਾਨੂੰ ਬਿੱਲ ਦੇ ਵਿੱਚ ਪਾਣਾ ਹੋਏਗਾ ਬਿਜਲੀ ਬੋਰਡ ਨੇ ਤਾਂ ਉਹ ਇੱਥੇ ਦਰਸਾਏਗਾ ਸੰਡਰੀ ਚਾਰजेस ਦੇ ਵਿੱਚ ਜੇਕਰ ਤੁਹਾਨੂੰ ਕੋਈ ਚੀਜ਼ ਰਿਫੰਡ ਕਰਨੀ ਹੋਵੇਗੀ ਤਾਂ ਉਹ ਦਿਖਾਏਗਾ ਸੰਡਰੀ ਅਲਾਉਨਸਸ ਦੇ ਵਿੱਚ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਜਿਹੜਾ ਹੈ ਉਹ ਕੁਝ categories ਨੂੰ ਪੰਜਾਬ ਦੇ ਵਿੱਚ ਸਬਸਿਡੀ ਦਿੰਦਾ ਹੈ ਛੋਟ ਦਿੰਦਾ ਹੈ ਜਿਵੇਂ ਕਿ BC category SC category below poverty line ਤੇ ਖੇਤੀਬਾੜੀ ਉਹਨਾਂ ਕਿਸਾਂ ਦੇ ਵਿੱਚ ਥੱਲੇ ਸਬਸਿਡੀ ਲੱਗ ਕੇ ਕੁਝ ਕੁ ਅਮਾਉਂਟ ਜਿਹੜੀ ਹੈ ਉਹ ਮਾਈਨਸ ਹੁੰਦੀ ਹੈ तकरीबन ਜਿਹੜੇ ਹੈ 402 ਮਹੀਨੇ ਦੇ ਵਿੱਚ ਫ੍ਰੀ ਦਿੱਤੇ ਜਾਂਦੇ ਨੇ ਤਾਂ ਉਸ ਕੇਸ ਦੇ ਵਿੱਚ ਇੱਥੇ ਸਬਸਿਡੀ ਦਰਸਾਈ ਹੋਵੇਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਨ੍ਹਾਂ ਦਾ ਜ਼ਿਕਰ ਮੈਂ ਇਸ ਵੀਡੀਓ ਦੇ ਵਿੱਚ ਕੀਤਾ ਹੈ ਜੇ ਤੁਸੀਂ ਟੋਟਲ ਕਰ ਲਓ ਤਾ ਲਾਸਟ ਤੇ ਬਿੱਲ ਬਣ ਜਾਵੇਗਾ ਇਸ ਕਿਸ ਬਿੱਲ ਬਣਦਾ ਜੀ 18820 ਰੁਪਏ ਇਸ ਤੋਂ ਬਾਅਦ ਕੀ ਇਸ ਤੋਂ ਬਾਅਦ ਇੱਕ ਸਮਾਂ ਸੀਮਾ ਤੁਹਾਨੂੰ ਪੰਜਾਬ ਸਰਕਾਰ ਬਿਜਲੀ ਬੋਰਡ ਦਿੰਦਾ ਹੈ ਕਿ ਉਸ ਸੀਮਾ ਦੇ ਅੰਦਰ ਅੰਦਰ ਤੁਸੀਂ ਇਹ ਬਿੱਲ ਭਰਨਾ ਹੈ ਜੇਕਰ ਤੁਸੀਂ ਬਿੱਲ ਆਪਣਾ ਸਮੇਂ ਤੇ ਨਹੀਂ ਭਰਦੇ ਤਾਂ ਤੁਹਾਨੂੰ 2% ਸਰਚਾਰਜ ਜਿਹੜਾ ਹੈ ਦੇਣਾ ਪੈਂਦਾ ਹੈ ਟੋਟਲ ਬਿੱਲ ਦੇ ਉੱਪਰ ਜੇਕਰ ਫਿਰ ਵੀ ਤੁਸੀਂ ਇਹ ਅਮਾਉਂਟ ਨਹੀਂ ਭਰਦੇ ਤਾਂ 15 ਦਿਨਾਂ ਬਾਅਦ ਤੁਹਾਡੇ ਇਸ ਬਿੱਲ ਦੇ ਉੱਪਰ ਜਿਹੜਾ ਹੈ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਅਮਾਉਂਟ ਜਿਹੜੀ ਹੈ ਇਹ ਤੁਹਾਨੂੰ ਐਕਸਟਰਾ ਦੇਣੀ ਪੈਂਦੀ ਹੈ ਜੇਕਰ ਤੁਸੀਂ ਸਮੇਂ ਤੇ ਬਿੱਲ ਨਹੀਂ ਭਰਦੇ ਫਿਲਹਾਲ ਦੀ ਘੜੀ ਇਹ 8% ਦੇ ਕਰੀਬ ਵਿਆਜ ਲੱਗਦਾ ਹੈ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਜੇਕਰ ਤੁਸੀਂ ਬਿੱਲ ਨੂੰ ਦੇਖੋ ਮੇਰੇ ਹੱਥ ਦੇ ਵਿੱਚ ਇੱਕ ਬਿੱਲ ਹੈ ਜਿਹੜਾ ਕਿ ਆਮ ਆਪਣੇ ਘਰਾਂ ਦੇ ਵਿੱਚ ਆਂਦਾ ਹੈ ਇਸ ਬਿੱਲ ਦੇ ਵਿੱਚ ਜੇਕਰ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਤਾਂ ਤੁਸੀਂ pspccl.in ਜਿਹੜੀ ਬਿਜਲੀ ਬੋਰਡ ਦੀ ਸਾਈਟ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ pspc.in ਤੇ ਜਾ ਕੇ ਆਪਣੇ ਬਿੱਲ ਨੂੰ ਤੁਸੀਂ ਦੇਖ ਸਕਦੇ ਹੋ ਬਿੱਲ ਦੀ ਹਿਸਟਰੀ ਦੇਖ ਸਕਦੇ ਹੋ ਬਿੱਲ ਨਵਾਂ ਕੱਢ ਸਕਦੇ ਹੋ ਇਹਦੇ ਉੱਪਰ ਖਾਤਾ ਜਿਹੜਾ ਹੈ ਉਹ ਲਿਖਿਆ ਹੁੰਦਾ ਹੈ ਉਸ ਨੂੰ ਭਰ ਕੇ ਤੁਸੀਂ ਆਪਣਾ ਬਿੱਲ ਕੱਢ ਸਕਦੇ ਹੋ ਤੁਸੀਂ ਜੇਕਰ ਆਪਣਾ ਖਾਤਾ ਦੇਖਣਾ ਚਾਹੁੰਦੇ ਹੋ ਕਿ ਸਾਡਾ ਖਾਤਾ ਕਿਹੜਾ ਹੈ ਸਕਰੀਨ ਤੇ ਤੁਸੀਂ ਦੇਖੋ ਕਸਟਮਰ ਨੰਬਰ ਤੇ ਕਸਟਮਰ ਅਕਾਊਂਟ ਨੰਬਰ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੇ ਅ ਅਕਾਊਂਟਸ ਨੇ ਉਹ ਹਜੇ ਸਿੰਪਲ ਹੀ ਦਿਖਾਏ ਜਾਂਦੇ ਨੇ ਜਿਵੇਂ ਕਿ ਇਸ ਕੇਸ ਦੇ ਵਿੱਚ ਉੱਪਰ S ਤੋਂ ਸ਼ੁਰੂ ਹੁੰਦਾ ਹੈ ਤੇ نیچے 300 ਤੋਂ ਸ਼ੁਰੂ ਹੁੰਦਾ ਹੈ ਇਹਨਾਂ ਖਾਤਿਆਂ ਨੂੰ ਦੋਨਾਂ ਚੋਂ ਕਿਸੇ ਵੀ ਇੱਕ ਖਾਤੇ ਨੂੰ ਤੁਸੀਂ ਆਨਲਾਈਨ ਆਪਣਾ ਸਰਚ ਕਰਕੇ PSPC ਦੀ ਸਾਈਟ ਤੇ ਆਪਣਾ ਬਿੱਲ ਕੱਢ ਸਕਦੇ ਆ ਜੇਕਰ ਤੁਸੀਂ ਲੋਡ ਦੇਖਣਾ ਚਾਹੁੰਦੇ ਹਾਂ ਕਈ ਖਪਤਕਾਰਾਂ ਨੂੰ ਨਹੀਂ ਪਤਾ ਹੋਏਗਾ ਕਿ ਉਹਨਾਂ ਦੇ ਘਰ ਦਾ ਲੋਡ ਕਿੰਨਾ ਹੈ ਤਾਂ ਤੁਸੀਂ ਜੇ ਸਕਰੀਨ ਤੇ ਦੇਖੋ ਤਾਂ ਐਸ ਐਲ ਕਰਕੇ ਕੁਝ ਲਿਖਿਆ ਹੋਇਆ ਹੈ ਇਹਦਾ ਮਤਲਬ ਹੈ ਸੈਂਕਸ਼ਨ ਲੋਡ ਇਸ ਕੇਸ ਚ ਹੈ 3.98 ਜੇਕਰ ਤੁਸੀਂ ਘਰਾਂ ਦੇ ਵਿੱਚ ਇੱਕ ਜਾਂ ਦੋ ਏਸੀ ਲਗਾਏ ਹੋਏ ਹਨ ਤਾਂ ਤੁਹਾਡਾ ਜਿਹੜਾ ਲੋਡ ਹੈ ਉਹ ਦੋ ਏਸੀਆਂ ਦਾ ਹੀ 22 ਕਿਲੋਵਾਟ ਬਣਦਾ ਹੈ ਬਾਕੀ ਕੈਲਕੂਲੇਸ਼ਨ ਤੁਸੀਂ ਕਰਵਾ ਕੇ ਕਿਸੇ ਵੀ ਇਲੈਕਟ੍ਰੀਸ਼ੀਅਨ ਤੋਂ ਬਿਜਲੀ ਬੋਰਡ ਨੂੰ ਸੂਚਿਤ ਕਰ ਸਕਦੇ ਹੋ ਜੇ ਇੱਕ ਫੀਸ ਜੋ ਵੀ ਬਣਦੀ ਹੈ ਤੁਸੀਂ ਭਰ ਕੇ ਜਿਹੜਾ ਹੈ ਇਹ ਲੋਡ ਆਪਣੇ ਬਿੱਲ ਦੇ ਵਿੱਚ ਦਰਜ ਕਰਾ ਸਕਦੇ ਹੋ ਇਹ ਮੈਂ ਦੱਸਦਾ ਜਿਵੇਂ ਕਿ ਮੈਂ ਵੀਡੀਓ ਚ ਪਹਿਲਾਂ ਦੱਸਿਆ ਹੈ ਕਿ ਲੋਡ ਵਧਾਉਣ ਨਾਲ ਤੁਹਾਨੂੰ ਬਿੱਲ ਜ਼ਿਆਦਾ ਨਹੀਂ ਆਉਂਦਾ ਬਿੱਲ ਤੁਹਾਨੂੰ ਹਫ਼ਤੇ ਦੇ ਮੁਤਾਬਕ ਹੀ ਆਵੇਗਾ ਸਿਰਫ ਜਿਹੜੇ ਫਿਕਸ ਚਾਰजेस ਨੇ ਇਸ ਕੇਸ ਦੇ ਵਿੱਚ 60 ਰੁਪਏ ਪਰ ਕਿਲੋਵਾਟ ਹਨ ਉਸੇ ਤਰੀਕੇ ਦੇ ਨਾਲ ਜਿੰਨਾ ਲੋਡ ਤੁਸੀਂ ਵਧਾਓਗੇ 60 ਰੁਪਏ ਦੇ ਹਿਸਾਬ ਨਾਲ ਥੋੜਾ ਬਿੱਲ ਜਿਹੜਾ ਹੈ ਉਹਨਾਂ ਕੈਲਕੂਲੇਟ ਹੋ ਜਾਏਗਾ ਮਤਲਬ ਬੋਥ ਦਾ ਫਰਕ ਤੁਹਾਨੂੰ ਲੋਡ ਵਧਾਉਣ ਦੇ ਨਾਲ ਬਿੱਲ ਦੇ ਵਿੱਚ ਨਹੀਂ ਆਉਂਦਾ ਆਸ਼ਾ ਕਰਦਾ ਹਾਂ ਦੋਸਤੋ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਮੈਂ ਕੋਸ਼ਿਸ਼ ਕੀਤੀ ਕਿ ਸਰਲ ਭਾਸ਼ਾ ਦੇ ਵਿੱਚ ਬਿੱਲ ਦੇਖਣਾ ਸਮਝਾਇਆ ਜਾ ਸਕੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਚੈਨਲ ਤੇ ਪਾਈਆਂ ਗਈਆਂ ਹੋਰ ਵੀਡੀਓ ਵੀ ਜੇਕਰ ਤੁਹਾਨੂੰ ਚੰਗੀਆਂ ਲੱਗੀਆਂ ਹਨ ਤਾਂ ਸਾਡਾ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ